ਪੰਜਾਬ ਦੇ ਵਿੱਚ ਕਰਪਸ਼ਨ ਕਰ ਗਈ ਹੱਦਾਂ ਪਾਰ ਤੇ ਸਾਫ਼ ਸੁਥਰੀ ਰਾਜਨੀਤੀ ਦੀਆਂ ਫੋਕੀਆਂ ਗੱਲਾਂ ਕਰਨ ਵਾਲੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਫਿੱਕੇ ਪੈ ਗਏ ਕਿਰਦਾਰ। ਵੀਰੋ ਤੁਹਾਨੂੰ ਯਾਦ ਹੋਣਾ ਕੁਝ ਮਹੀਨੇ ਪਹਿਲਾਂ ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲਾਈਵ ਹੋਏ ਤੇ ਕਹਿੰਦੇ ਜੀ ਮੈਂ ਆਪਣਾ ਇੱਕ ਮੰਤਰੀ ਚੋਰੀ ਕਰਦੇ ਫੜ ਲਿਆ, ਮੈਂ ਉਹਦੀ ਵੀਡੀਓ ਬਣਾ ਲਈ ਤੇ ਮੈਂ ਉਹਨੂੰ ਪੁਲਿਸ ਦੇ ਹਵਾਲੇ ਕਰਨ ਲੱਗਿਆ ਤੇ ਬਾਅਦ ਦੇ ਵਿੱਚ ਉਹ ਵੀਡੀਓ ਕਿਸੇ ਨੂੰ ਲੱਭੀ। ਜਦੋਂ ਹਾਈ ਕੋਰਟ ਨੇ ਵੀ ਉਹ ਵੀਡੀਓ ਮੰਗੀ ਤਾਂ ਸਰਕਾਰ ਨੇ ਉਹ ਵੀਡੀਓ ਦਿੱਤੀ ਨਹੀਂ। ਹੁਣ ਭਗਵੰਤ ਮਾਨ ਸਾਹਿਬ ਪੰਜਾਬੀਆਂ ਨੂੰ ਇਹ ਦੱਸਣ ਕਿ ਉਹ ਵੀਡੀਓ ਬਣਾਈ ਸੀ ਜਾਂ ਝੂਠ ਬੋਲਿਆ ਸੀ ਜਾਂ ਕਿਸੇ ਸਮਝੌਤੇ ਤਹਿਤ ਉਹ ਹਾਈ ਕੋਰਟ ਦੇ ਵਿੱਚ ਨਹੀਂ ਦਿੱਤੀ ਗਈ। ਔਰ ਉਹੀ ਮੰਤਰੀ ਸਾਬਕਾ ਵਿਜੇ ਸਿੰਗਲਾ ਜੀ ਜਦੋਂ ਜ਼ਮਾਨਤ ਤੇ ਬਾਹਰ ਆਏ ਉਨ੍ਹਾਂ ਨੇ ਪੱਟਾਂ ਤੇ ਥਾਪੀ ਮਾਰ ਕੇ ਗੱਲ ਕਹੀ ਕਿ ਮੇਰੇ ਖਿਲਾਫ ਕੋਈ ਚੋਰੀ ਸਾਬਤ ਕਰਦੇ ਤਾਂ ਮੈਂ ਤੇ ਮੇਰਾ ਪਰਿਵਾਰ ਦੇਣਦਾਰ ਹੋਵਾਂਗੇ ਤੇ ਪਿੱਛੇ ਆਮ ਆਦਮੀ ਪਾਰਟੀ ਦੇ ਮਾਨਸਾ ਦੇ ਵਰਕਰਾਂ ਨੇ ਤਾੜੀਆਂ ਮਾਰੀਆਂ। ਕੀ ਉਹ ਤਾੜੀਆਂ ਕੀ ਉਹ ਹਾਸਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਹੱਸਿਆ ਗਿਆ ਹਾਸਾ ਸੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੇ ਸਿੰਗਲਾ ਦਾ ਜ਼ਮਾਨਤ ਲੈਣ ਦੇ ਵਿੱਚ ਸਾਥ ਦਿੱਤਾ? ਇਹ ਸਾਰੀਆਂ ਗੱਲਾਂ ਦੇ ਵਿੱਚ ਵੀਰੋ ਧੋਖਾ ਤਾਂ ਪੰਜਾਬੀਆਂ ਦੇ ਨਾਲ ਹੋਇਆ। ਔਰ ਹੁਣ ਫੌਜਾ ਸਿੰਘ ਸਰਾਰੀ ਸਾਹਿਬ ਜਿਨ੍ਹਾਂ ਦੀ ਆਡੀਓ ਵਾਇਰਲ ਹੋ ਚੁੱਕੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਿਊਜ਼ ਚੈਨਲਾਂ ਦੇ ਕੋਲੇ ਹੈ, ਜਿਹੜੇ ਸ਼ਰੇਆਮ ਫੋਨ ਦੇ ਉੱਤੇ ਸੌਦੇਬਾਜ਼ੀ ਦੀਆਂ ਗੱਲਾਂ ਕਰ ਰਹੇ ਨੇ, ਕਮਿਸ਼ਨ ਦੀਆਂ ਗੱਲਾਂ ਕਰ ਰਹੇ ਨੇ, ਤੇ ਹੁਣ ਕੇਜਰੀਵਾਲ ਸਾਹਿਬ ਵੀ ਚੁੱਪ ਨੇ, ਭਗਵੰਤ ਮਾਨ ਵੀ ਚੁੱਪ ਨੇ, ਕੀ ਸਰਾਰੀ ਸਾਹਿਬ ਉਹ ਸਾਰਾ ਸੌਦਾ ਇਹਨਾਂ ਦੀ ਸਹਿਮਤੀ ਦੇ ਨਾਲ ਕਰ ਰਹੇ ਸੀਗੇ? ਕਿਉਂਕਿ ਜਿਸ ਬੰਦੇ ਨੇ ਆਡੀਓ ਵਾਇਰਲ ਕੀਤੀ ਹੈ ਉਹ ਬੰਦਾ ਵੀ ਟੈਲੀਵਿਜ਼ਨ ਦੇ ਉੱਤੇ ਹੈ ਤੇ ਉਹਨੇ ਕਿਹਾ ਕਿ ਆਡੀਓ ਦੀ ਜਾਂਚ ਕਰਾਓ, ਸੱਚੀ ਆਡੀਓ ਹੈ, ਮੰਤਰੀ ਕਮਿਸ਼ਨ ਮੰਗਦਾ ਹੈ। ਫਿਰ ਇਹ ਦੋਹਰੇ ਕਿਰਦਾਰ ਕਿਉਂ? ਇਹ ਪੰਜਾਬੀਆਂ ਦੇ ਨਾਲ ਧੋਖਾ ਕਿਉਂ ਕਿ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਹੀ ਦੇਸ਼ ਦੀ ਸਰਵਉੱਚ ਅਦਾਲਤ ਬਣ ਗਏ ਨੇ ਕਿ ਜਿਹਨੂੰ ਕਹਿ ਦੇਣਗੇ ਦੋਸ਼ੀ ਉਹ ਦੋਸ਼ੀ ਹੈ, ਜਿਹਨੂੰ ਬਰੀ ਕਰ ਦੇਣਗੇ ਉਹ ਬਰੀ ਹੈ? ਵੀਰੋ ਗੱਲ ਸੋਚਣ ਦੀ ਹੈ, ਧੋਖਾ ਪੰਜਾਬੀਆਂ ਦੇ ਨਾਲ ਹੋ ਰਿਹਾ, ਪੈਸਾ ਪੰਜਾਬੀਆਂ ਦਾ ਲੁੱਟਿਆ ਜਾ ਰਿਹਾ ਤੇ ਇਹ ਸਿਰਫ ਗੰਦੀ ਰਾਜਨੀਤੀ ਕਰਕੇ ਦੂਜੇ ਸੂਬਿਆਂ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ।